ਸਤਿ ਸ੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਧਾਲੀਵਾਲ ਵੱਲੋਂ ਸਵਾਗਤ ਹੈ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੰਤਰੀ ਅਰੁਣਾ ਚੌਧਰੀ ਜੀ ਨੇ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡੇ ਕੋਲ ਜਿਹੜੀਆਂ ਮੌਜੂਦਾ ਜ਼ਿੰਮੇਵਾਰੀਆਂ ਨੇ ਉਹ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਹੈ। ਸਮਾਜ ਦੀ ਸੁਰੱਖਿਆ ਦਾ ਕੀ ਹਾਲ ਹੈ, ਔਰਤ ਦੀ ਇਸ ਵੇਲੇ ਦਸ਼ਾ ਕੀ ਹੈ, ਔਰ ਜਿਹੜਾ ਬਾਲ ਵਿਕਾਸ ਹੈ ਉਸ ਦੇ ਵਿੱਚ ਕੀ ਕੀ ਪ੍ਰਾਪਤੀਆਂ ਨੇ? ਦੇਖੋ, ਇਸ ਤਰ੍ਹਾਂ ਕਿ ਪੰਜਾਬ ਦੀ ਵਿੱਚ ਜਿਹੜੀ ਆਬਾਦੀ ਹੈ ਉਹਦੇ ਵਿੱਚ 50% ਹਿੱਸਾ ਜਿਹੜਾ ਹੈ ਉਹ ਔਰਤਾਂ ਦਾ। ਔਰ ਮੈਨੂੰ ਲੱਗਦਾ ਕਿ ਕਿਸੇ ਕਿਸੇ ਵੇਲੇ ਅਸੀਂ ਇਸ ਮੇਨ ਇਸ਼ੂ ਨੂੰ ਕਈ ਵਾਰੀ ਅਲੱਗ ਕਰ ਦਿੰਦੇ ਹਾਂ, ਉਹਦੇ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਬਟ ਮੈਂ ਸਮਝਦੀ ਹਾਂ ਕਿ ਪਿਛਲੇ 3 ਸਾਲਾਂ ਦੇ ਵਿੱਚ ਇਸ ਦੇ ਉੱਤੇ ਕਾਫੀ ਫੋਕਸ ਕੀਤਾ ਗਿਆ, ਕਿਉਂਕਿ 2 ਸਾਲ ਦੇ ਡਿਪਾਰਟਮੈਂਟ ਮੇਰੇ ਕੋਲ ਹੈ। ਸਭ ਤੋਂ ਪਹਿਲੇ ਤਾਂ ਸਾਡੀ ਸਰਕਾਰ ਨੇ ਆਉਂਦੇ ਹੀ ਜਿਹੜੇ ਪੈਨਸ਼ਨਸ ਨੇ ਉਹਦੇ 'ਤੇ ਫੋਕਸ ਕੀਤਾ। ਇੱਕ ਸਾਡਾ ਇਹ ਇਲੈਕਸ਼ਨ ਤੋਂ ਪਹਿਲੇ ਸਾਡਾ ਮੁੱਦਾ ਵੀ ਇਹ ਸੀਗਾ ਕਿ ਅਸੀਂ ਪੈਨਸ਼ਨਸ ਨੂੰ, ਬੁਢਾਪਾ ਪੈਨਸ਼ਨ, ਵਿਡੋ ਪੈਨਸ਼ਨ ਔਰ ਡਿਸੇਬਲ ਲੋਕਾਂ ਦੀ ਪੈਨਸ਼ਨ, ਨਿਰਾਸ਼ਰਿਤ ਬੱਚਿਆਂ ਦੀ ਪੈਨਸ਼ਨ, ਇਹ ਅਸੀਂ ਵਧਾਵਾਂਗੇ। ਸੋ ਪੈਨਸ਼ਨਰਸ ਜਿਹੜੇ ਸੀਗੇ ਉਹ ਵੀ 17,30,000 ਦੇ ਪੈਨਸ਼ਨਰ ਸੀਗੇ ਪਹਿਲੇ 2016 ਤੱਕ। 2017 ਦੇ ਵਿੱਚ ਆਉਂਦੇ ਹੀ ਅਸੀਂ ਪੈਨਸ਼ਨ ਨੂੰ ਵਧਾ ਕੇ 500 ਤੋਂ 750 ਰੁਪਇਆ ਕਰ ਦਿੱਤਾ। ਔਰ ਇਹ ਵੀ ਬੜੀ ਇੱਕ ਮੈਨੂੰ ਲੱਗਦਾ ਕਿ ਬੜੀ ਅੱਛੀ ਗੱਲ ਹੈ ਕਿ ਪੈਨਸ਼ਨ ਦੇ ਵਿੱਚ ਬੈਨੀਫਿਸ਼ਰੀਜ਼ ਜਿਹੜੇ ਨੇ ਉਹ ਵੀ ਵੱਧ ਗਏ। ਅੱਜ ਕਰੀਬ 24 ਲੱਖ ਜਿਹੜੇ ਲੋਕ ਨੇ ਇਹ ਪੈਨਸ਼ਨ ਲੈ ਰਹੇ ਨੇ ਔਰ ਵੱਖ ਵੱਖ ਤਰ੍ਹਾਂ ਦੀ ਪੈਨਸ਼ਨ ਲੈ ਰਹੇ ਨੇ। ਔਰ ਇਸ ਨਵੇਂ ਬਜਟ ਦੇ ਵਿੱਚ ਅਸੀਂ 2,165,000 ਦਾ ਜਿਹੜਾ ਬਜਟ ਹੈ ਉਹਦੇ 'ਚ ਰੱਖਿਆ ਗਿਆ। ਜਿਹਨਾਂ ਦੇ ਹਿੱਸੇ ਸਮਾਜ ਦੇ ਵਿਕਾਸ ਦੀ ਜ਼ਿੰਮੇਵਾਰੀ ਆਈ ਹੈ ਉਹ ਆਪਦੇ ਵਿਕਾਸ ਲਈ ਜੂਝ ਰਹੇ ਹੈ, ਇਹ ਤਾਂ ਤ੍ਰਾਸਦੀ ਹੋਈ ਉਸ ਵਰਗ ਲਈ। ਸਰਕਾਰ ਦਾ ਕੰਮ ਹੈ ਕਿ ਉਹਨੇ ਆਪਣੇ ਕੰਮਾਂ ਦੀ ਜਿਹੜਾ ਹੈ ਉਸ ਦੀ ਸ਼ਲਾਘਾ ਕਰਨੀ, ਪਿੱਠ ਥਾਪੜਨੀ, ਵਿਰੋਧੀਆਂ ਨੇ ਵਿਰੋਧ ਕਰਨਾ, ਪਰ ਪੱਤਰਕਾਰਤਾ ਦੇ ਹਿੱਸੇ ਜੋ ਕੰਮ ਆਉਂਦਾ ਹੈ, ਮੈਂ ਇਹ ਮੰਨਦਾ ਕਿ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਜ਼ਰੂਰ ਤੁਹਾਡੇ ਤੱਕ, ਸਰਕਾਰ ਤੱਕ ਲਿਆਂਦੀਆਂ ਜਾਣ। ਮੈਂ ਇਹਨਾਂ ਦੀ ਜਿਹੜੀਆਂ ਹੋਰ ਗੱਲਾਂ ਸੁਣੀਆਂ ਨੇ ਉਹਨਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਸੈਕਟਰੀਜ਼ ਦੇ ਨਾਲ, ਇੱਕ ਗੱਲ ਉਹ ਇਹ ਕਹਿੰਦੇ ਆ ਕਿ ਸਾਡੇ ਤੋਂ ਐਜ਼ ਕੰਪੇਅਰ ਟੂ ਅਦਰ ਸਟੇਟ 2-2 ਵਿਭਾਗਾਂ ਦੇ ਕੰਮ ਲਏ ਜਾਂਦੇ ਆ, ਬਾਵਜੂਦ ਉਸਦੇ ਭੱਤੇ ਜਿਹੜੇ ਮਾਣ ਭੱਤੇ ਜਿਹੜੇ ਆਪਾਂ ਕਹਿੰਦੇ ਹਾਂ ਸਕੀਮ ਦੇ ਤਹਿਤ ਉਹ ਸਾਨੂੰ ਉਹਨਾਂ ਸਟੇਟਸ ਦੇ ਮੁਕਾਬਲੇ ਘੱਟ ਦਿੱਤੇ ਜਾਂਦੇ ਆ। ਇੱਕ ਇਹਨਾਂ ਦੀ ਗੱਲ ਇਹ ਹੈ ਕਿ ਅਸੀਂ ਜਿਹੜੀ ਜਿੱਥੇ ਬਹਿ ਕੰਮ ਕਰਦੇ ਹਾਂ ਉਹ ਇਮਾਰਤਾਂ ਕਿਰਾਏ ਦੇ ਉੱਤੇ ਅਸੀਂ ਲੈਂਦੇ ਹਾਂ, ਉਹਨਾਂ ਦੇ ਬਹੁਤ ਲੰਬੇ ਸਮੇਂ ਤੋਂ ਕਿਰਾਏ ਖੜੇ ਨੇ, ਬਿਜਲੀ ਦੇ ਬਿੱਲ ਪੈਂਡਿੰਗ ਖੜੇ ਆ, ਅਤੇ ਉਹ ਲੋਕ ਜਾਂ ਬਿਜਲੀ ਵਿਭਾਗ ਸਾਨੂੰ ਮੁੜ ਮੁੜ ਤੰਗ ਕਰਦਾ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਅਸੀਂ ਹੁਣ ਇਹ ਪੂਰੀ ਮੇਰੇ ਧਿਆਨ 'ਚ ਹੈ ਮੁੱਦਾ ਜਿਹੜਾ, ਕਿਉਂਕਿ ਹਰ ਵਾਰੀ ਮੀਟਿੰਗ ਦੇ ਵਿੱਚ ਜ਼ਰੂਰ ਮੁੱਦਾ ਆਉਂਦਾ। ਔਰ ਅਸੀਂ ਉਸ ਵੇਲੇ ਹੀ ਕਰਕੇ ਪੂਰਾ ਐਸਟੀਮੇਟ ਬਣਾ ਕੇ ਅਸੀਂ ਦਿੱਤਾ ਹੋਇਆ ਵਿੱਤ ਵਿਭਾਗ 'ਚ, ਆਲਰੇਡੀ ਇਹ ਪੈਂਡਿੰਗ ਪਿਆ ਹੋਇਆ। ਔਰ ਮੈਨੂੰ ਉਮੀਦ ਹੈ, ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਿੱਤ ਵਿਭਾਗ ਨੇ ਪੂਰਾ ਕੋਪਰੇਟ ਕੀਤਾ ਔਰ ਜਲਦ ਹੀ ਇਹ ਪੈਸੇ ਜਿਹੜੇ ਨੇ ਰਿਲੀਜ਼ ਹੋ ਜਾਣਗੇ ਔਰ ਮੈਨੂੰ ਲੱਗਦਾ ਫਿਰ ਬਾਅਦ 'ਚ ਇਹਨਾਂ ਨੂੰ ਇਹ ਪਰੇਸ਼ਾਨੀ ਨਹੀਂ ਆਏਗੀ। ਜੋ ਅਸੀਂ ਵੁਮਨਸ ਨੂੰ ਅੱਗੇ ਲੈ ਕੇ ਆਉਂਦੇ ਹਾਂ, ਪਰ ਉਹਨਾਂ ਦੇ ਪਿੱਛੇ ਫਿਰ ਉਹੀ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਉਹ ਕੰਮ ਕਰ ਰਿਹਾ ਹੁੰਦਾ, ਲੱਗਦਾ ਨਹੀਂ ਕਿ ਅਜਿਹੀਆਂ ਚੀਜ਼ਾਂ ਨੂੰ ਦੂਰ ਜੇਕਰ ਅਸੀਂ ਨਹੀਂ ਕਰ ਸਕੇ ਉਦੋਂ ਤੱਕ ਜਿਹੜਾ ਸਾਡਾ ਇੱਕ ਸੁਪਨਿਆਂ ਦਾ ਸਮਾਜ ਹੈ ਅਸੀਂ ਨਹੀਂ ਸਿਰਜ ਸਕਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ।
ਲੇਕਿਨ ਮੈਨੂੰ ਲੱਗਦਾ ਕਿ ਇੱਥੇ ਸਮਾਜ ਕੀ ਹੈ, ਸਮਾਜ ਅਸੀਂ ਲੋਕ ਬਣਾਉਂਦੇ ਹਾਂ। ਬਿਲਕੁਲ। ਸੋ ਸਮਾਜ ਤੋਂ ਘਰ ਤੋਂ ਸ਼ੁਰੂ ਹੁੰਦਾ। ਜੇ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਉਹਨਾਂ 'ਚ ਵਿਤਕਰਾ ਨਾ ਕੀਤਾ ਜਾਏ, ਲੜਕੇ ਲੜਕੀਆਂ ਨੂੰ ਸਮਾਨ ਸਮਝਿਆ ਜਾਏ, ਇੱਕ ਬਰਾਬਰ ਸਮਝਿਆ ਜਾਏ, ਔਰ ਜੋ ਹੱਕ ਅਸੀਂ ਇੱਕ ਲੜਕੇ ਨੂੰ ਦਿੰਦੇ ਹਾਂ ਕਿ ਉਹ ਚਾਹੇ ਰਾਤ ਨੂੰ 12 ਵਜੇ ਤੱਕ ਹੁੰਦਾ ਰਹੇ, ਉਹਨੂੰ ਕੋਈ ਘਰ ਵਾਲੇ ਪੁੱਛਦੇ ਨਹੀਂ। ਸੋ ਉਹੀ ਲੜਕੀ ਵਾਸਤੇ ਬੰਦਿਸ਼ਾਂ ਨੇ ਕਿ ਉਹ ਰਾਤ ਨੂੰ ਨਾ ਜਾਏ, ਬਾਹਰ ਨਾ ਨਿਕਲੇ। ਸੋ ਅਸੀਂ ਘਰਾਂ 'ਚ ਵੀ ਆਪਣੇ ਆਪ ਨੂੰ ਸੈਂਸੀਟਾਈਜ਼ ਕਰੀਏ, ਜੋ ਸਾਡਾ ਮਾਈਂਡ ਬਲੌਕ ਹੈ ਉਹ ਅਸੀਂ ਉਹਨੂੰ ਚੇਂਜ ਕਰੀਏ, ਔਰ ਅਸੀਂ ਬੱਚਿਆਂ ਨੂੰ ਲੜਕੀਆਂ ਨੂੰ ਇਸ ਕਾਬਲ ਬਣਾਈਏ ਕਿ ਉਹ ਆਪਣੇ ਆਪ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰਨ ਕਿ ਉਹ ਕਿਤੇ ਵੀ ਜਾ ਕੇ ਕਿਸੇ ਵੀ ਹਾਲਾਤ ਦਾ ਸਾਹਮਣਾ ਜਿਹੜਾ ਉਹ ਕਰ ਸਕਣ। ਅਸੀਂ ਕਿਉਂ ਉਹਨਾਂ ਨੂੰ ਛੁਪਾਉਂਦੇ ਹਾਂ, ਆਪਣੇ ਸਮਾਜ ਤੋਂ ਅਲੱਗ ਕਿਉਂ ਰੱਖਦੇ ਹਾਂ? ਮੈਨੂੰ ਇੱਥੋਂ ਤੱਕ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਕਿ ਜਦੋਂ 8ਵੀਂ ਕਲਾਸ ਤੋਂ ਬਾਅਦ ਮਾਂ ਬਾਪ ਲੜਕੀਆਂ ਨੂੰ ਸਕੂਲ 'ਚ ਨਹੀਂ ਭੇਜਦੇ। ਤੁਹਾਨੂੰ ਪਤਾ 8ਵੀਂ ਦੇ ਬਾਅਦ ਬਹੁਤ ਬੜਾ ਡਰੋਪ ਆਊਟ ਰੇਟ ਹੈ ਲੜਕੀਆਂ ਦਾ। ਸਰਕਾਰਾਂ ਆਪਣਾ ਪ੍ਰਯਤਨ ਕਰਦੀਆਂ ਨੇ, ਜਿਵੇਂ ਕਿ ਜਿਹੜੇ ਸਾਲ 2017-18 ਦੇ ਵਿੱਚ ਅਸੀਂ 1.5 ਲੱਖ ਸਾਈਕਲ ਲੜਕੀਆਂ ਦੇ ਵਾਸਤੇ ਉਹਨਾਂ ਨੂੰ ਪ੍ਰੋਵਾਈਡ ਕੀਤਾ, +1 +2 ਦੀ ਲੜਕੀਆਂ ਵਾਸਤੇ, ਤਾਂ ਕਿ ਉਹਨਾਂ ਨੂੰ ਕਿਸੇ 'ਤੇ ਡਿਪੈਂਡੈਂਟ, ਘਰ ਵਾਲਿਆਂ 'ਤੇ ਡਿਪੈਂਡੈਂਟ ਨਾ ਹੋਣਾ ਪਏ। ਉਹ ਆਪਣੇ ਆਪਦਾ ਸਾਈਕਲ ਨਾਲ ਚਲਾ ਕੇ ਆਪਣੇ ਸਕੂਲ ਦੇ ਵਿੱਚ ਆਪਣੀ ਕਲਾਸਾਂ ਜੁਆਇਨ ਕਰਨ, ਔਰ ਉੱਥੇ ਆਪਣੀ ਜਿਹੜੀ ਸ਼ਿਕਸ਼ਾ ਉਹ ਸਿੱਖਿਆ ਜਿਹੜੀ ਉਹ ਹਾਸਲ ਕਰਨ। ਬਟ ਇਹਦੇ ਵਿੱਚ ਮਾਂ ਬਾਪ ਦਾ ਵੀ ਬਹੁਤ ਬੜਾ ਰੋਲ ਹੈ। ਉਹਨਾਂ ਨੂੰ ਵੀ ਆਪਣੇ ਲੜਕੀਆਂ ਨੂੰ ਵੀ, ਜਿੱਥੇ ਉਹ ਲੜਕੀਆਂ ਨੂੰ ਸ਼ਿਕਸ਼ਾ ਦਿੰਦੇ ਨੇ, ਕਿ ਉਹ ਲੜਕੀਆਂ ਨੂੰ ਵੀ ਸਿਖਾਉਣਾ ਚਾਹੀਦਾ ਕਿ ਔਰਤਾਂ ਦਾ ਸਨਮਾਨ, ਮਾਣ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ। ਔਰਤਾਂ ਨੂੰ ਇੱਕ ਮੌਕਾ ਦਿੱਤਾ ਅੱਗੇ ਆਉਣ ਦਾ, ਤਾਂ ਕਿ ਹਰ ਸਮਾਜ ਦੇ ਵਿੱਚ ਜਿਹੜਾ ਵੀ ਕੋਈ ਕੰਮ ਹੋਵੇ ਉਹਦੇ ਵਿੱਚ ਉਹਨਾਂ ਦੀ ਬਰਾਬਰ ਦੀ ਸਾਂਝੇਦਾਰੀ ਹੋਵੇ, ਬਰਾਬਰ ਦਾ ਕੰਮ ਉਹ ਕਰਨ। ਔਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਔਰਤਾਂ ਜਿਹੜੀਆਂ ਨੇ ਬਹੁਤ ਦਿਲਚਸਪੀ ਵੀ ਲੈਂਦੀਆਂ ਨੇ ਆਪਣੇ ਕੰਮ 'ਚ। ਇਹ ਜ਼ਰੂਰੀ ਨਹੀਂ ਹੈ ਕਿ ਉਹ ਉਹਨਾਂ ਦੇ ਪਿੱਛੇ ਹਸਬੈਂਡ ਆ, ਠੀਕ ਹੈ, ਕਿ ਮੈਨੂੰ ਲੱਗਦਾ ਕਿ ਥੋੜ੍ਹੀ ਮੋਰਲ ਸਪੋਰਟ ਦੀ ਵੀ ਜ਼ਰੂਰਤ ਹੁੰਦੀ ਹੈ। ਦੋ ਉਹ ਵਰਗ ਦੇ ਮਹਿਲਾਵਾਂ ਦੀ ਗੱਲ ਕਰਨੀ ਚਾਹੂੰਗਾ, ਇੱਕ ਜਿਨ੍ਹਾਂ ਦੇ ਉੱਤੇ ਜਿਹੜਾ ਹੈ ਪਿਓ ਦਾ ਪਰਛਾਵਾਂ ਨਹੀਂ ਹੈ ਜਿਹੜੀਆਂ ਕੁੜੀਆਂ ਦੇ ਉੱਤੇ, ਅਤੇ ਦੂਜੀਆਂ ਉਹ ਔਰਤਾਂ ਜਿਹੜੀਆਂ ਕਿ ਵਿਧਵਾ ਹੋ ਗਈਆਂ ਕਿਸੇ ਵੀ ਕੈਜੂਅਲਿਟੀ ਦੇ ਕਾਰਨ। ਉਹਨਾਂ ਲਈ ਪੰਜਾਬ ਸਰਕਾਰ ਨੇ ਲੰਘੇ 3 ਸਾਲਾਂ ਦੇ ਵਿੱਚ ਕੋਈ ਵੱਖਰੇ, ਕੋਈ ਹੋਰਾਂ ਸਟੇਟਸ ਦੇ ਮੁਕਾਬਲੇ ਕੋਈ ਵਧੀਆ ਉਪਰਾਲੇ ਕੀਤੇ ਹੋਣ ਕਿ ਉਹ ਸੈਲਫ ਡਿਪੈਂਡੈਂਟ ਹੋ ਸਕਿਆ ਹੋਣ, ਔਰ ਸਮਾਜ ਦੀਆਂ ਜਿਹੜੀਆਂ ਤਮਾਮ ਚੁਣੌਤੀਆਂ ਹੁੰਦੀਆਂ ਨੇ ਅੱਜ ਵੀ ਜੋ ਕਿ ਸਾਨੂੰ ਦਰਪੇਸ਼ ਨੇ, ਉਹਨਾਂ ਤੋਂ ਉਹਨਾਂ ਨੂੰ ਨਜਾਤ ਦਿਵਾਉਣ ਦੇ ਵਿੱਚ ਕੋਈ ਉਪਰਾਲਾ ਕੀਤਾ? ਮੈਂ ਪਰਸਨਲੀ ਇਹ ਸਮਝਦੀ ਹਾਂ ਕਿ ਸਾਨੂੰ ਆਪਣੀ ਔਰਤਾਂ ਨੂੰ ਆਰਥਿਕ ਰੂਪ 'ਚ ਸਸ਼ਕਤ ਕਰਨ ਦੀ ਲੋੜ ਹੈ। ਜੇ ਇੱਥੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਕਿ ਨਾਰੀ ਨੂੰ ਸਸ਼ਕਤ ਬਣਾਇਆ ਜਾਏ, ਮਜ਼ਬੂਤ ਬਣਾਇਆ ਜਾਏ, ਉਹਨੂੰ ਅਬਲਾ ਨਾ ਸਮਝਿਆ ਜਾਏ, ਉੱਥੇ ਸਭ ਤੋਂ ਜ਼ਰੂਰੀ ਹੈ ਕਿ ਉਹਨੂੰ ਆਰਥਿਕ ਰੂਪ 'ਚ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਇੱਕ ਮੌਕਾ ਦਿੱਤਾ ਜਾਏ। ਖਾਸ ਤੌਰ 'ਤੇ ਮੈਂ ਸਮਝਦੀ ਹਾਂ ਕਿ ਜਿਹੜੇ ਰੂਰਲ ਏਰੀਆਜ਼ ਨੇ ਜਿੱਥੇ ਕੋਈ ਪੜ੍ਹਾਈ ਦੇ ਇੰਨੇ ਸਾਧਨ ਨਹੀਂ ਹੈ ਜਾਂ ਆਪਣਾ ਕੰਮ ਕੁਛ ਕਰਨ ਦਾ ਸਾਧਨ ਨਹੀਂ ਹੈ, ਉੱਥੇ NGOs ਕੰਮ ਕਰਨ, ਔਰ ਮੈਂ ਕਾਫੀ NGOs ਜਿਹੜੇ ਆਉਂਦੇ ਨੇ ਮੇਰੇ ਕੋਲ, ਮੈਂ ਉਹਨਾਂ ਨੂੰ ਕਹਿੰਦੀ ਹਾਂ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਰੂਰਲ ਏਰੀਆ 'ਚ ਕੰਮ ਕਰਨ ਦੀ, ਤਾਂ ਕਿ ਔਰਤ ਘਰ ਬੈਠੇ ਚਾਹੇ ਉਹ ਸਿਲਾਈ ਕਰ ਸਕੇ ਜਾਂ ਕੁਛ ਛੋਟੇ ਛੋਟੇ ਇਸ ਤਰ੍ਹਾਂ ਦੇ ਕੋਰਸਿਸ ਕਰਵਾਓ, ਤਾਂ ਕਿ ਉਹ ਆਪਣੇ ਘਰ ਦੇ ਵਿੱਚ ਆਰਥਿਕ ਰੂਪ 'ਚ ਕੁਛ ਯੋਗਦਾਨ ਪਾ ਸਕਣ। ਇਹਦੇ ਨਾਲ ਉਹਨਾਂ ਨੂੰ ਕੌਨਫੀਡੈਂਸ ਵੀ ਆਏਗਾ ਔਰ ਉਹ ਕੁਛ ਕਰ ਸਕਣਗੀਆਂ। ਸੋ ਇਸ ਤਰ੍ਹਾਂ ਡੈਸਟੀਚਿਊਟ ਵਿਮੈਨ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਿਰਾਸ਼ਿਤ ਔਰਤਾਂ ਨੇ,
ਜਾਂ ਵਿਧਵਾ ਔਰਤਾਂ ਨੇ, ਵਿਧਵਾ ਸਾਡੀਆਂ ਭੈਣਾਂ ਨੇ, ਉਹਨਾਂ ਦੇ ਵਾਸਤੇ ਇਸ ਤਰ੍ਹਾਂ ਦੇ ਕਾਫੀ ਕੋਰਸਿਸ ਜਿਹੜੇ ਨੇ ਐਨ ਜੀ ਓਜ਼ ਦੇ ਥਰੂ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਹਾਂ ਤਾਂ ਕਿ ਉਹ ਸ਼ੋਰਟ ਕੋਰਸਿਸ ਜਿਹੜੇ ਨੇ, ਚਾਹੇ 6 ਮਹੀਨੇ ਦੇ ਕੋਰਸਿਸ ਹੈ, ਉਹਨਾਂ ਨੂੰ ਸਰਟੀਫਿਕੇਟ ਦੇਣ, ਕੰਪਿਊਟਰ ਸਿਖਾਉਣ, ਔਰ ਘੱਟ ਪੜ੍ਹੀ ਲਿਖੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਇਸ ਤਰ੍ਹਾਂ ਦੀ ਡਰਾਈਵ ਜਿਹੜੀ ਉਹ ਚਲਾਈ ਔਰ ਚੱਲ ਵੀ ਰਹੇ ਨੇ, ਹਜੇ ਬਹੁਤ ਸਾਰੇ ਕੰਮ ਨੇ ਜਿਹੜੇ ਚੱਲ ਰਹੇ ਨੇ। ਔਰ ਇੱਥੇ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗੀ ਕਿ ਇੱਕ ਪ੍ਰੋਗਰਾਮ ਹੈ ਲਾਡੋ ਮੇਲਾ, ਅਸੀਂ ਪਿਛਲੇ 12 ਔਰ 13 ਅਕਤੂਬਰ ਨੂੰ 2 ਦਿਨ ਦਾ ਇਹ ਮੇਲਾ ਜਿਹੜਾ ਸਿਰਫ ਔਰਤਾਂ ਵਾਸਤੇ, ਮਹਿਲਾਵਾਂ ਵਾਸਤੇ ਔਰਗਨਾਈਜ਼ ਕੀਤਾ ਸੀ, ਜਿਹਦਾ ਬਹੁਤ ਅੱਛਾ ਰਿਸਪੋਂਸ ਮਿਲਿਆ। ਇਹਦੇ ਵਿੱਚ 65 NGOs ਨੇ ਹਿੱਸਾ ਲਿਆ, ਔਰ ਸਿਰਫ ਪੰਜਾਬ ਦੇ ਨਹੀਂ, ਉੱਤਰਾਖੰਡ, ਰਾਜਸਥਾਨ, ਝਾਰਖੰਡ, ਇੱਥੋਂ ਤੱਕ ਵੀ NGOs ਜਿਹੜੇ ਨੇ ਉੱਥੇ ਆਏ ਸੀ। ਔਰ ਜੋ ਔਰਤਾਂ ਘਰ ਬੈਠੀਆਂ ਆਪਣੀਆਂ ਦਸਤਕਾਰੀ ਦੀਆਂ ਚੀਜ਼ਾਂ ਬਣਾਉਂਦੀਆਂ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਜਾਂ ਆਪਣੇ ਆਰਥਿਕ ਰੂਪ 'ਚ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਾਸਤੇ, ਉਹਨਾਂ ਨੇ ਸ਼ੋਕੇਸ ਕਰਨ ਦਾ ਮੌਕਾ ਨਹੀਂ ਮਿਲਦਾ, ਉਹਨਾਂ ਨੂੰ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਸੋ ਜਿਹੜੀ ਨਵੀਆਂ ਵਿਮੈਨ ਐਂਟਰਪ੍ਰੀਨਿਓਰਸ ਨੇ, ਜਿਹੜਾ ਆਪਣਾ ਕੋਈ ਆਪਣਾ ਉਦਯੋਗ ਸ਼ੁਰੂ ਕਰਨਾ ਚਾਹੁੰਦੀਆਂ ਨੇ, ਸੋ ਅਸੀਂ ਇੱਥੇ ਮੌਕਾ ਉਹਨਾਂ ਨੂੰ ਦਿੱਤਾ। ਇੱਥੇ 90 ਸਟਾਲਸ ਉਹਨਾਂ ਦੇ ਲੱਗੇ, ਜਿੱਥੇ ਉਹਨਾਂ ਨੇ ਆਪਣੀ ਬਣਾਈ ਹੋਈ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ। ਸੋ ਇਸ ਕਰਕੇ ਅਸੀਂ ਉਹਨੇ ਸੋਚਿਆ ਕਿ ਅਸੀਂ ਹਰ ਸਾਲ ਇਹ ਮੇਲਾ ਜ਼ਰੂਰ ਲਗਾਇਆ ਕਰਾਂਗੇ ਤਾਂ ਕਿ ਔਰਤਾਂ ਨੂੰ ਅੱਗੇ ਆਉਣ ਦਾ, ਕਈ ਵਾਰੀ ਘਰ ਬੈਠੇ ਕੋਈ ਬਹੁਤ ਅੱਛਾ ਕੋਈ ਚੀਜ਼ ਬਣਾ ਰਹੀਆਂ ਨੇ ਲੇਕਿਨ ਆਮ ਪਬਲਿਕ 'ਚ ਪਤਾ ਨਹੀਂ, ਅਵੇਅਰਨੈਸ ਨਹੀਂ ਹੈ। ਸੋ ਉਹ ਇੱਥੇ ਅਸੀਂ ਹਰ ਸਾਲ ਕਰਾਂਗੇ ਤਾਂ ਕਿ ਲੋਕ ਸਿਰਫ ਮਹਿਲਾਵਾਂ ਨੂੰ ਅੱਗੇ ਆ ਕੇ ਆਪਣੀਆਂ ਚੀਜ਼ਾਂ ਦਿਖਾ ਕੇ ਤਾਂ ਕਿ ਉਹਨਾਂ ਨੂੰ ਇਸ ਪਾਸੇ ਪ੍ਰੋਤਸਾਹਨ ਮਿਲ ਸਕੇ ਔਰ ਇਸ ਪਾਸੇ ਉਹ ਅੱਗੇ ਵੱਧ ਸਕਣ। ਤੁਹਾਡੇ ਇਸ ਵਿਭਾਗ ਦੇ ਚਾਹੇ ਤੁਹਾਨੂੰ 2 ਸਾਲ ਪਹਿਲੇ ਜ਼ਿੰਮੇਵਾਰੀ ਮਿਲੀ ਹੈ, ਸਰਕਾਰ ਨੂੰ 3 ਸਾਲ ਹੋ ਗਏ ਹੈ, ਜਿਹੜੀਆਂ ਪ੍ਰਾਪਤੀਆਂ ਜਾਂ ਨਵੇਕਲੇ ਕੰਮ, ਕਈ ਵਾਰੀ ਇਹ ਹੁੰਦਾ ਕਿ ਬਹੁਤ ਸਾਰੀ ਪਾਲਿਸੀਜ਼ ਔਰ ਸਕੀਮਜ਼ ਲੋਕਾਂ ਤੱਕ ਨਹੀਂ ਪਹੁੰਚ ਸਕਦੀਆਂ, ਇਸ ਇੰਟਰਵਿਊ ਦੇ ਜ਼ਰੀਏ ਦੱਸਣਾ ਚਾਹੁੰਦੇ ਹੋ? ਕਈ ਸਕੀਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਮੈਂ ਜਨਰਲ ਗੱਲ ਕਰ ਰਹੀ ਹਾਂ ਸਿਰਫ ਆਪਣੇ ਡਿਪਾਰਟਮੈਂਟ ਦੀ ਨਹੀਂ, ਕਈ ਸਕੀਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਜਨਰਲ ਪਬਲਿਕ ਤੱਕ ਪਹੁੰਚ ਨਾਕਾਮ ਰਹਿੰਦੀਆਂ ਨੇ, ਉਹ ਨਹੀਂ ਪਹੁੰਚ ਪਾਉਂਦੀਆਂ, ਲੇਕਿਨ ਇਹਦੇ ਵਾਸਤੇ ਵੀ ਸਰਕਾਰ ਨੇ ਪ੍ਰਬੰਧ ਕੀਤੇ ਨੇ, ਜਿਵੇਂ ਕਿ ਕੈਂਪਸ ਲਗਾਏ ਜਾਂਦੇ ਨੇ, ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਕਿ ਤੁਸੀਂ ਆਓ ਔਰ ਇਸ ਚੀਜ਼ ਦਾ ਤੁਸੀਂ ਫਾਇਦਾ ਉਠਾਓ। ਸੋ ਜਿੱਥੋਂ ਤੱਕ ਮੇਰੇ ਡਿਪਾਰਟਮੈਂਟ ਦੀ ਗੱਲ ਹੈ, ਮੈਂ ਤਾਂ ਮੈਨੂੰ ਲੱਗਦਾ ਕਿ ਐਸਾ ਕੋਈ ਵੀ ਪ੍ਰੋਗਰਾਮ ਐਸਾ ਨਹੀਂ ਹੈ ਕਿ ਜਿਹੜਾ ਕਿ ਉਹਨਾਂ ਤੱਕ, ਔਰਤਾਂ ਤੱਕ, ਮਹਿਲਾਵਾਂ ਤੱਕ ਨਹੀਂ ਪਹੁੰਚਦਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਬਹੁਤ ਵੱਡੀ ਫੋਰਸ ਹੈ ਔਰ ਉਹ ਹਰ ਮਹੀਨੇ ਚ ਉਹਨਾਂ ਨੇ ਪ੍ਰੋਗਰਾਮ ਇਸ ਤਰ੍ਹਾਂ ਦੇ ਅਵੇਅਰਨੈਸ ਕੈਂਪਸ ਲਗਾਉਂਦੇ ਨੇ, ਕੋਈ ਵੀ ਗਵਰਨਮੈਂਟ ਦੀ ਸਕੀਮ ਆਵੇ ਅਤੇ ਉਹ ਲੋਕਾਂ ਦੇ ਘਰਾਂ ਘਰਾਂ 'ਚ ਜਾ ਕੇ ਉਹ ਸਕੀਮ ਦੇ ਬਾਰੇ ਉਹਨਾਂ ਨੂੰ ਜਾਣੂ ਕਰਾਉਂਦੇ ਨੇ। ਔਰ ਜਿਵੇਂ ਕਿ ਇੱਕ ਬਹੁਤ ਵੱਡੀ ਸਕੀਮ ਹੁਣ ਪਿੱਛੇ ਪੋਸ਼ਣ ਅਭਿਆਨ ਦੀ ਆਈ ਸੀ ਕਿ 0 to 6 years ਦੇ ਬੱਚਿਆਂ ਦੀ ਸਕੀਮ ਆਈ ਸੀ ਕਿ ਬੱਚਿਆਂ ਦਾ ਪਾਲਣ ਪੋਸ਼ਣ, ਮੈਲ ਨਿਊਟ੍ਰੀਸ਼ਨ, ਜਿਵੇਂ ਕਿ ਕੁਪੋਸ਼ਣ ਦੇ ਸ਼ਿਕਾਰ ਹੋਣ ਬੱਚੇ ਜਾਂ ਕਿਸੇ ਦੀ ਸਟੰਟਡ ਗਰੋਥ ਹੈ ਕਿ ਉਹਦੀ ਕੱਦ ਨਹੀਂ ਵੱਧ ਰਿਹਾ, ਸੋ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਨਿਜਾਤ ਪਾਉਣ ਵਾਸਤੇ ਸਾਡੀ ਇੱਕ ਬਹੁਤ ਵੱਡੀ ਪੱਧਰ 'ਤੇ ਕੰਮ ਸ਼ੁਰੂ ਹੋਇਆ ਸੀ, ਮੁਹਿੰਮ ਸ਼ੁਰੂ ਹੋਈ, ਜਿਹਦੇ ਵਾਸਤੇ ਵੱਖਰੇ ਵੱਖਰੇ ਜਿਹੜੇ ਪਿੰਡਾਂ ਦੇ ਵਿੱਚ ਕੈਂਪਸ ਲਗਾਏ ਗਏ, ਅਵੇਅਰਨੈਸ ਕੈਂਪਸ ਲਗਾਏ ਗਏ। ਕੋਰੋਨਾ ਕਹਿਰ ਤੋਂ ਸੰਭਲਦੇ ਹੋਏ, ਅਹਿਤਿਆਤ ਵਰਤਦੇ ਹੋਏ ਸਰਕਾਰ ਨੇ ਬਹੁਤ ਸਾਰੇ ਫੈਸਲੇ ਲਏ ਆ, ਜਿਵੇਂ ਟਰਾਂਸਪੋਰਟ ਬੰਦ ਕੀਤੀ ਹੈ, ਬਹੁਤ ਸਾਰੇ ਵਿਭਾਗ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ,
ਮੇਰੇ ਨਾਲ ਸਵੇਰੇ ਹੀ ਗੱਲ ਹੋ ਰਹੀ ਸੀ, ਕੁਝ ਵਰਕਰ ਹੈਲਪਰ ਆਂਗਣਵਾੜੀ ਪੁੱਛ ਰਹੇ ਸੀਗੇ ਕਿ ਸਾਨੂੰ ਵੀ ਕਲੀਅਰ ਕਰਕੇ ਦੱਸ ਦਿੱਤਾ ਜਾਵੇ, ਉਹਨਾਂ ਨੂੰ ਦੱਸ ਦਿਓ ਵੀ ਉਹਨਾਂ ਨੇ ਜਾਣਾ ਹੀ ਜਾਣਾ ਜਾਂ ਉਹਨਾਂ ਨੂੰ ਵੀ ਛੁੱਟੀ ਹੈ ਕਿ ਫਿਲਹਾਲ ਤੇ ਅਸੀਂ ਸਕੂਲ ਦੇ ਨਾਲ ਨਾਲ ਆਂਗਣਵਾੜੀ ਸੈਂਟਰ ਵੀ ਸਾਰੇ ਪੰਜਾਬ 'ਚ ਬੰਦ ਕਰ ਦਿੱਤੇ ਨੇ ਕਿਉਂਕਿ ਬੱਚਿਆਂ ਦੇ ਨਾਲ ਸੰਬੰਧਿਤ ਹੈ ਔਰ ਵੈਸੇ ਵੀ ਇਹ ਇਨਸਾਨ ਤੋਂ ਹੀ ਅੱਗੇ ਫੈਲ ਰਹੇ ਹੈ ਜੋ ਕਰੋਨਾ ਵਾਇਰਸ ਹੈ। ਪਰ ਫਿਲਹਾਲ ਅਸੀਂ ਹਜੇ ਪਿੰਡਾਂ 'ਚ ਆਂਗਣਵਾੜੀ ਵਰਕਰ ਜਾ ਕੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਦਲੀਆ ਜਾਂ ਖੀਰ ਜਿਹੜੀ ਹੈ, ਜਿਹੜੀ ਕਿ ਨਿਊਟ੍ਰੀਸ਼ਨ ਉਹਨਾਂ ਨੂੰ ਆਂਗਣਵਾੜੀ ਸੈਂਟਰ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਘਰਾਂ 'ਚ ਜਾ ਕੇ ਦੇ ਰਹੇ ਨੇ। ਬਹੁਤ ਸਾਰੇ ਲੋਕ ਮੁੰਤਜ਼ਰ ਹੁੰਦੇ ਆ ਸਰਕਾਰ ਦੇ ਤਮਾਮ ਫੈਸਲਿਆਂ ਦੇ, ਜਿਹੜੇ ਵਾਅਦੇ ਕੀਤੇ ਹੁੰਦੇ ਆ, ਐਲਾਨ ਕੀਤੇ ਹੁੰਦੇ ਆ ਕਿ ਇਹ ਜਿਹੜੀ 1 ਲੱਖ ਭਰਤੀ ਹੋਣੀ ਹੈ ਇਹਦੇ 'ਚ ਵੀ ਔਰਤਾਂ ਨੂੰ ਕੋਈ ਵਿਸ਼ੇਸ਼ ਰਾਖਵਾਂਕਰਨ ਮਿਲੇਗਾ? ਦੇਖੋ ਇਹਦੇ ਵਿੱਚ ਤਾਂ ਸਭ ਨੂੰ ਬਰਾਬਰ ਦਾ ਹੱਕ ਹੈ ਕਿਉਂਕਿ ਨੌਕਰੀ ਵਾਸਤੇ ਤਾਂ ਸਪੈਸ਼ਲ ਰਾਖਵਾਂਕਰਨ ਐਸਾ ਨਹੀਂ ਹੈ। ਲੜਕੇ ਵੀ ਬਰਾਬਰ ਪੜ੍ਹੇ ਲਿਖੇ ਨੇ, ਅਸੀਂ ਕਿਸੇ ਦਾ ਹੱਕ ਨਹੀਂ ਮਾਰ ਸਕਦੇ ਕਿ ਕਿਸੇ ਨੂੰ ਕੀਤਾ ਜਾਏ, ਇਸ ਬਾਉਂਡ ਕੀਤਾ ਜਾਏ ਕਿ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨੌਕਰੀ ਦੇ ਵਿੱਚ ਤੇ ਬਰਾਬਰ ਦਾ ਹੱਕ ਹਰੇਕ ਦਾ ਹੈ। ਹਾਂ, ਸੋ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਬਰਾਬਰੀ ਦਾ ਹੀ ਸੁਨੇਹਾ ਲੈ ਕੇ ਸਮਾਜ ਦੇ ਵਿੱਚ ਚੱਲਾਂਗੇ ਤਾਂ ਹੀ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸੁਪਨਾ ਹੈ ਕਿ ਬੈਲੈਂਸਡ ਸਮਾਜ ਹੋਏ ਸਾਡਾ, ਅਸੀਂ ਸਹੀ ਇੱਕ ਬੈਲੈਂਸ ਸਮਾਜ ਦੀ ਸਰਜਨ ਜਿਹੜਾ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਮਹਿਲਾਵਾਂ ਨੂੰ ਔਰ ਪੁਰਸ਼ਾਂ ਨੂੰ ਸਮਾਜ ਸਮਾਨ ਰੂਪ 'ਤੇ ਸਮਝਾਂਗੇ। 1 ਸਾਲ ਦੇ ਦਰਮਿਆਨ ਤੁਹਾਡੇ ਕੋਲ ਸਿੱਖਿਆ ਵੀ ਰਿਹਾ ਅਤੇ ਟਰਾਂਸਪੋਰਟ ਵੀ ਤੁਹਾਡੇ ਕੋਲ ਰਿਹਾ, ਉਹਦੇ ਬਾਰੇ ਤੁਹਾਡੇ ਉਸ ਸਮੇਂ ਦੇ ਦੌਰਾਨ ਤੁਸੀਂ ਕੀ ਉਹਦੇ ਵਿੱਚ ਨਵੇਕਲੇ ਕੰਮ ਕੀਤੇ ਪਹਿਲਾਂ ਨਾਲ? ਦੇਖੋ ਸਭ ਤੋਂ ਵੱਡਾ ਤਾਂ ਮੈਂ ਸਮਝਦੀ ਹਾਂ ਐਜੂਕੇਸ਼ਨ ਮੈਂ ਸਭ ਤੋਂ ਪਹਿਲੇ ਉਦੋਂ ਮਿਲਿਆ ਸੀ, ਉਹਦੇ ਵਿੱਚ ਪ੍ਰੀ ਪ੍ਰਾਇਮਰੀ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਉਹਦਾ ਇੱਕ ਬਹੁਤ ਅੱਛਾ ਰਿਸਪੋਂਸ ਗਿਆ ਕਿਉਂਕਿ ਈਵਨ ਜਦੋਂ ਮੈਂ ਕੌਨਕਲੇਵ 'ਤੇ ਗਈ ਸੀ ਤਾਂ ਐਜੂਕੇਸ਼ਨ ਮਿਨਿਸਟਰ ਨੇ ਵੀ ਉਸ ਵੇਲੇ ਕਾਫੀ ਐਪਰੀਸ਼ੀਏਟ ਕੀਤਾ ਸੀ ਕਿ ਅਸੀਂ ਪੂਰੇ, ਔਰ ਮੈਨੂੰ ਖੁਸ਼ੀ ਹੈ ਕਿ ਪੰਜਾਬ ਨੇ ਲੀਡ ਲਈ ਔਰ ਸਾਰੇ ਹਿੰਦੁਸਤਾਨ 'ਚ ਅੱਜ ਉਹਨਾਂ ਨੇ ਸਾਡੇ ਕੋਲ ਬਕਵਾ ਕੇ ਪੂਰਾ ਸਟੱਡੀ ਕੇਸ ਕੀਤਾ, ਪੂਰੇ ਹਿੰਦੁਸਤਾਨ 'ਚ ਲਾਗੂ ਕੀਤਾ। ਸੋ ਇੱਕ ਇਹ ਬਹੁਤ, ਹਾਂ ਠੀਕ ਹੈ, ਕੁਛ ਨਾ ਕੁਛ ਦਿੱਕਤਾਂ ਵੀ ਇਹਦੇ ਵਿੱਚ ਆਈਆਂ ਨੇ ਇੰਪਲੀਮੈਂਟੇਸ਼ਨ 'ਤੇ ਆਈਆਂ ਨੇ, ਪਰ ਮੈਨੂੰ ਲੱਗਦਾ ਓਵਰਆਲ ਇੱਕ ਬਹੁਤ ਅੱਛਾ ਇੱਕ ਸੁਨੇਹਾ ਜਿਹੜਾ ਗਿਆ ਕਿਉਂਕਿ ਗਰੀਬ ਦਾ ਬੱਚਾ 6 ਸਾਲ ਤੱਕ ਘਰ 'ਚ ਕਿਉਂ ਬੈਠਾ ਰਹੇ ਜਦਕਿ ਇੱਕ ਜਿਹੜਾ ਅਫੋਰਡ ਕਰ ਸਕਦਾ ਉਹਦਾ ਬੱਚਾ ਅਗਰ ਪ੍ਰਾਈਵੇਟ ਸਕੂਲ 'ਚ ਜਾ ਸਕਦਾ ਤਾਂ ਗਰੀਬ ਦੇ ਬੱਚੇ ਨੂੰ ਵੀ ਹੱਕ ਹੈ ਕਿ ਉਹ ਵੀ 3 ਸਾਲ ਦੇ ਬਾਅਦ ਇੱਕ ਆਪਣੇ ਸਰਕਾਰੀ ਸਕੂਲ ਦੇ ਵਿੱਚ ਵੀ ਪੜ੍ਹ ਸਕੇ। ਉੱਥੇ ਥੋੜ੍ਹਾ ਜਿਹਾ ਇਹ ਅਸੀਂ ਉਸ ਲਈ ਫੈਸਲਾ ਕੀਤਾ ਸੀ ਕਿ ਜਿੱਥੇ ਆਂਗਣਵਾੜੀ ਸੈਂਟਰਸ ਨੇ ਉੱਥੇ ਟੀਚਰ 1 ਘੰਟੇ ਵਾਸਤੇ ਜਾ ਕੇ, ਬਾਕੀ ਉਹ ਆਪਣਾ ਜਿਹੜਾ ਕੰਮ ਰੂਟੀਨ ਦਾ ਉਹ ਵਰਕਰਸ ਕਰਦੇ ਰਹਿਣਗੇ, ਲੇਕਿਨ ਟੀਚਰ 1 ਘੰਟੇ ਵਾਸਤੇ ਜਾ ਕੇ ਉਹਨਾਂ ਨੂੰ ਪੜ੍ਹਾਈ ਕਰਾਏਗਾ ਔਰ ਜਿਵੇਂ ਕੋਈ ਪਲੇਵੇ ਤਰੀਕੇ ਦੇ ਨਾਲ ਅਲਫਾਬੈਟਸ ਦੇ ਬਾਰੇ 'ਚ, ਫਰੂਟਸ ਦੇ ਨਾਲ, ਵੈਜੀਟੇਬਲਸ ਦੇ ਨਾਲ ਉਹ ਸਿਖਾਏਗਾ। ਬਹੁਤ ਸੋਹਣਾ ਲੱਗਿਆ ਹੋਏਗਾ ਜਦੋਂ ਮਨਪ੍ਰੀਤ ਬਾਦਲ ਹੋਰਾਂ ਦੀ ਤਕਰੀਰ ਘਰਾਂ 'ਚ ਬੈਠੇ ਲੋਕ ਬਜਟ ਦੇ ਦਰਮਿਆਨ ਸੁਣ ਰਹੇ ਹੋਣਗੇ। ਇਹ ਐਲਾਨ ਹੋਇਆ ਸੀ ਕਿ 2 ਤੱਕ ਜਿਹੜੀਆਂ ਸਾਡੀਆਂ ਕੁੜੀਆਂ ਨੇ, ਧੀਆਂ ਨੇ, ਉਹਨਾਂ ਨੂੰ ਜਿਹੜੀ ਹੁਣ ਸਿੱਖਿਆ ਮੁਫ਼ਤ ਮਿਲੇਗੀ, ਪਰ ਇੱਕ ਐਲਾਨ ਤੁਹਾਨੂੰ ਉਹ ਵੀ ਯਾਦ ਹੋਏਗਾ, ਸਰਕਾਰ ਨੇ ਕਿਹਾ ਸੀ ਸਰਕਾਰ ਗਠਿਤ ਹੋਣ ਤੋਂ ਪਹਿਲਾਂ ਅਤੇ ਬਾਅਦ 'ਚੋਂ ਮੁੱਖ ਮੰਤਰੀ ਹੋਰਾਂ ਦੇ ਮੁਖਾਰਬਿੰਦ 'ਚੋਂ ਨਿਕਲੇ ਹੋਏ ਲਫ਼ਜ਼ ਨੇ ਕਿ ਅਸੀਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਅਸੀਂ PhD ਤੱਕ ਸਿੱਖਿਆ ਮੁਫ਼ਤ ਕਰਾਂਗੇ। ਲੱਗਦਾ ਨਹੀਂ ਉਹਨੂੰ ਸਿਰਫ਼ ਅਤੇ ਸਿਰਫ਼ 2 ਤੱਕ ਮਹਦੂਦ ਕਰ ਦਿੱਤਾ ਗਿਆ, ਵਾਅਦਾ ਜਿਹੜਾ ਸੀ ਉਹ ਸੁੰਗੜ ਗਏ? ਨਹੀਂ, ਐਸਾ ਨਹੀਂ ਹੈ। ਮੈਨੂੰ ਲੱਗਦਾ ਕਿ ਉਸ ਵੇਲੇ ਸ਼ਾਇਦ
ਮੈਨੂੰ ਇਹ ਲੱਗਦਾ ਕਿ ਸਮਝਣ 'ਚ ਸ਼ਾਇਦ ਕੋਈ ਇਹਦੇ 'ਚ ਗਲਤ ਫਹਿਮੀ ਕੁਛ ਹੋ ਗਈ ਹੈ। ਜਿਹੜਾ ਉਹਨਾਂ ਨੇ ਮਨਪ੍ਰੀਤ ਬਾਦਲ ਜੀ ਨੇ ਬਜਟ ਦੇ ਉੱਤੇ ਬੋਲਿਆ, ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਰਫ ਲੜਕੀਆਂ ਵਾਸਤੇ ਨਹੀਂ, ਲੜਕਿਆਂ ਵਾਸਤੇ ਵੀ, ਸਭ ਦੇ ਵਾਸਤੇ ਫ੍ਰੀ ਕਰਤੀ ਐਜੂਕੇਸ਼ਨ, ਠੀਕ ਹੈ ਜੀ। ਸੋ ਇਸ ਕਰਕੇ ਉਹ ਵਿਤਕਰਾ ਵਾਲੀ ਗੱਲ ਜਿਹੜੀ ਹੈ ਉਹ ਇੱਥੇ ਖਤਮ ਕੀਤੀ ਗਈ ਹੈ, ਔਰ ਇਹਦੇ ਬਾਅਦ PhD ਤੱਕ ਜਿਹੜੀ ਫ੍ਰੀ 'ਚ ਸਿੱਖਿਆ ਦੇਣ ਵਾਲੀ ਉਹ ਤਾਂ ਹਜੇ ਵੀ ਲਾਗੂ ਹੀ ਹੈ, ਉਹ ਤਾਂ ਕੰਮ ਉਹ ਤਾਂ ਹੋ ਰਿਹਾ, ਉਹਨੂੰ ਮਹਿਦੂਦ ਨਹੀਂ ਕੀਤਾ ਬਲਕਿ ਉਹ ਅੱਗੇ ਲੈ ਕੇ ਗਏ। ਔਰ ਸਰਕਾਰ ਦੇ ਜਿਹੜੇ ਲੰਘੇ 3 ਸਾਲ ਹੈ ਓਵਰਆਲ, ਉਹਨਾਂ ਨੂੰ ਕਿਵੇਂ ਗਿਣਦੇ ਹੋ ਅਤੇ ਕਿੰਨੇ ਕੁ ਗੁਣਾਤਮਕ ਨੇ ਅਤੇ ਉਹ ਤੋਂ ਤੁਸੀਂ ਕਿੰਨੇ ਕੁ ਆਸ਼ਾਵਾਦੀ ਹੋ? ਮੈਨੂੰ ਲੱਗਦਾ ਕਿ ਸਰਕਾਰ ਦੀ ਨੀਅਤ 'ਤੇ ਕੋਈ ਸ਼ੱਕ ਨਹੀਂ। ਕੈਪਟਨ ਅਮਰਿੰਦਰ ਸਿੰਘ ਜੀ ਕਾਫੀ ਵਿਜ਼ਨਰੀ ਲੀਡਰ ਨੇ ਔਰ ਬਹੁਤ ਚੰਗੇ ਉਹਨਾਂ ਨੇ ਫੈਸਲੇ ਲਏ ਨੇ, ਔਰ ਜਿਵੇਂ ਕਿ ਜੇ ਮੈਂ ਆਪਣੇ ਵਿਭਾਗ ਦੀ ਮੈਂ ਦੁਬਾਰਾ ਗੱਲ ਕਰ ਰਹੀ ਹਾਂ, ਜਿਵੇਂ ਕਿ 50% ਮਹਿਲਾਵਾਂ ਨੂੰ ਰਾਖਵਾਕਰਨ ਕੀਤਾ, ਇੱਕ ਬਹੁਤ ਅੱਛੀ ਸੋਚ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹਦਾ ਬਹੁਤ ਅੱਛਾ ਰਿਸਪੋਂਸ ਆਏਗਾ। ਸੋ ਇਸੇ ਤਰ੍ਹਾਂ ਬਾਕੀ ਵੀ ਜਿਹੜੇ ਫੈਸਲੇ ਨੇ ਬਾਕੀ ਵਿਭਾਗਾਂ ਨਾਲ ਜੁੜੇ ਹੋਏ ਵੀ ਬੜੇ ਦੂਰਦਰਸ਼ੀ ਫੈਸਲੇ ਨੇ, ਲੇਕਿਨ ਤੁਹਾਨੂੰ ਲੱਗਦਾ ਕਿ ਜਿਵੇਂ ਕਿ ਤੁਸੀਂ ਕਿਹਾ, ਕੁਛ ਨਾ ਕੁਛ ਅੱਛਾ ਕਰਨ ਦੀ ਗੁੰਜਾਇਸ਼ ਹਮੇਸ਼ਾ ਹੀ ਰਹਿਣੀ ਚਾਹੀਦੀ ਹੈ ਕਿ ਇਸ ਤੋਂ ਵੀ ਬਿਹਤਰ ਕਰੀਏ। ਸੋ ਇਸ ਸੋਚਦੇ ਤਾਂ ਲੱਗੇ ਜਾ ਰਹੇ ਹਾਂ, ਔਰ ਮੈਨੂੰ ਲੱਗਦਾ ਜਿੱਥੇ ਤੱਕ ਮੇਰਾ ਡਿਪਾਰਟਮੈਂਟ, ਮੈਂ ਤਾਂ ਪੂਰੀ ਮੁਤਮਈਨ ਹਾਂ ਕਿ ਮੇਰਾ ਕੰਮ ਜਿਹੜਾ ਹੈ ਡਿਪਾਰਟਮੈਂਟ 'ਚ ਅੱਛਾ ਚੱਲ ਰਿਹਾ, ਸਰਕਾਰ ਨੇ ਵੀ ਬਹੁਤ ਅੱਛੇ ਫੈਸਲੇ ਕੈਪਟਨ ਸਾਹਿਬ ਦੀ ਅਗਵਾਈ ਹੇਠ ਕੀਤੇ ਨੇ। ਸੋ ਅੱਗੇ ਜਿਹੜੇ ਕੰਮ ਰਹਿੰਦੇ ਨੇ, ਹਜੇ 2 ਸਾਲ ਹੈ ਸਾਡੇ ਕੋਲ ਟਾਈਮ ਹੈ, ਔਰ ਮੈਨੂੰ ਲੱਗਦਾ ਕਿ ਜਿਹੜੇ ਅਗਲੇ ਇਲੈਕਸ਼ਨਾਂ ਤੋਂ ਪਹਿਲੇ ਅਸੀਂ ਉਹ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕਰਾਂਗੇ ਔਰ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਾਂਗੇ, ਔਰ ਤਾਂ ਹੀ ਅਗਲੇ ਇਲੈਕਸ਼ਨ 'ਚ ਵੋਟਾਂ ਲੈਣ ਉਹਨਾਂ ਦੇ ਕੋਲ ਜਾਵਾਂ। ਤੁਸੀਂ ਸਟੇਟ ਪ੍ਰੈਜ਼ੀਡੈਂਟ ਦੀ ਤਕਰੀਰ ਜ਼ਰੂਰ ਸੁਣੀ ਹੋਊਗੀ ਜਾਖੜ ਸਾਹਿਬ ਹੋਰਾਂ ਦੀ, ਮੈਨੂੰ ਲੱਗਦਾ ਵੀ ਉਹ ਗੱਲ ਇੱਥੇ ਬਿਲਕੁਲ ਲਾਗੂ ਹੁੰਦੀ ਹੈ ਵੀ ਜੇ ਤਾਂ ਕੰਮ ਹੋ ਗਏ ਫਿਰ ਤਾਂ ਲੋਕਾਂ ਨੇ ਪਹਿਲਾਂ ਵਾਂਗੂ ਵੋਟਾਂ ਦੀਆਂ ਸੰਦੂਕੜੀਆਂ ਭਰ ਦੇਣੀਆਂ ਨੇ, ਨਹੀਂ ਤਾਂ ਫਿਰ ਨਿਰਾਸ਼ਾ ਜਿਹੜੀ ਹੈ ਝੱਲਣੀ ਪਏਗੀ। ਉਹ ਤਾਂ ਦੇਖੋ ਠੀਕ ਹੈ, ਲੋਕਾਂ ਨੇ ਸਾਨੂੰ ਉਸ ਤਕੜੀ 'ਤੇ ਤੋਲਣਾ ਕਿ ਜੋ ਅਸੀਂ ਕਿਹਾ ਸੀ ਉਹ ਅਸੀਂ ਕੀਤਾ ਕਿ ਨਹੀਂ, ਲੇਕਿਨ ਮੈਨੂੰ ਪੂਰੀ ਉਮੀਦ ਹੈ ਔਰ ਆਸ਼ਾਵਾਦੀ ਹਾਂ ਮੈਂ ਕਿ ਜਿਹੜੇ ਕੰਮ ਰਹਿੰਦੇ ਨੇ ਉਹ ਵੀ ਜ਼ਰੂਰ ਇਹਨਾਂ 2 ਸਾਲਾਂ 'ਚ ਪੂਰੇ ਹੋ ਜਾਣਗੇ। ਆਪਾਂ ਲਗਾਤਾਰ ਕੁੜੀਆਂ ਦੀ ਅਤੇ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਸਟੀਅਰਿੰਗ ਇੱਕ ਵਾਰ ਫਿਰ ਤੋਂ ਕਾਂਗਰਸ ਦਾ ਰਾਹੁਲ ਗਾਂਧੀ ਹੋਰਾਂ ਨੂੰ ਫੜ ਲੈਣਾ ਚਾਹੀਦਾ ਹੈ, ਕਿਉਂਕਿ ਦੇਸ਼ ਨੂੰ ਅਤੇ ਜਿਹੜੀ ਸਿਆਸਤ ਹੈ ਉਸਨੂੰ ਯੁਵਾ ਚਿਹਰੇ ਦੀ ਲੋੜ ਹੈ। ਇੱਕ ਪਾਸੇ ਤਾਂ ਇਹ ਮੰਗ ਕਰ ਰਹੇ ਹੈ, ਦੂਜੇ ਪਾਸੇ ਉਮਰ ਦੇ ਇਸ ਪੜਾਵ ਦੇ ਵਿੱਚ ਕਹਿ ਰਹੇ ਹੈ ਕਿ ਮੈਂ ਇੱਕ ਭਾਰੀ ਹੋਰ ਪੰਜਾਬ ਲਈ ਖੇਡਣ ਲਈ ਤਿਆਰ ਹਾਂ, ਕੀ ਕਹੋਗੇ? ਮੈਂ ਕਹਾਂਗੀ ਕਿ ਇਹ ਹਰ ਇੱਕ ਦਾ ਆਪਣਾ ਜਜ਼ਬਾ ਹੈ, ਕਿਉਂਕਿ ਪੋਲੀਟਿਕਸ 'ਚ ਕੋਈ ਰਿਟਾਇਰਮੈਂਟ ਤਾਂ ਹੁੰਦੀ ਨਹੀਂ ਹੈ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਖਾਲੀ ਯੁਵਾ ਜਾਂ ਖਾਲੀ ਏਜਡ, ਇਹਦਾ ਨਾਲ ਜਿਹੜੀ ਸਿਆਸਤ ਹੈ ਉਹ ਨਹੀਂ ਹੁੰਦੀ, ਇਹ ਦੋਨਾਂ ਦੇ ਤਾਲਮੇਲ ਦੇ ਨਾਲ ਹੀ ਸਿਆਸਤ ਜਿਹੜੀ ਅੱਗੇ ਚੱਲਦੀ ਹੈ। ਯੁਵਾ ਚਿਹਰੇ ਜਿੱਥੇ ਜ਼ਰੂਰੀ ਹੈ ਉੱਥੇ ਪੁਰਾਣੇ ਐਕਸਪੀਰੀਅੰਸ ਲੋਕ ਹੈ, ਲੀਡਰ ਨੇ ਜਿਹੜੇ, ਉਹਨਾਂ ਦੀ ਗਾਈਡਲਾਈਨਸ ਵੀ, ਉਹਨਾਂ ਦੀ ਜਿਹੜੀ ਸੋਚ ਹੈ ਉਹ ਵੀ ਨਾਲ ਜ਼ਰੂਰੀ ਹੈ। ਦੋਨਾਂ ਨਾਲ ਮਿਲ ਕੇ ਚੱਲਣ ਤਾਂ ਹੀ ਆਪਣੇ ਪਾਰਟੀ ਦੀ ਵੀ ਬਿਹਤਰੀ ਔਰ ਇਲਾਕੇ ਦੀ ਵੀ ਬਿਹਤਰੀ। ਨਸ਼ੇ ਦੀ ਆਪਾਂ ਗੱਲ ਕਰਦੇ ਹਾਂ, ਮੈਂ ਉਸ ਪੱਧਰ ਦੀ ਗੱਲ ਨਹੀਂ ਕਰਾਂਗਾ, ਤੁਹਾਡੇ ਕੋਲ ਵਿਭਾਗ ਵੀ ਨਹੀਂ ਹੈ, ਸਰਕਾਰ ਤੁਸੀਂ ਕਹੋਗੇ ਕਿ ਕੰਮ ਕਰ ਰਹੀ ਹੈ ਸਭ ਕੁਛ ਹੈ, ਪਰ ਹੈਰਾਨੀ ਦੇ ਮਾਮਲੇ ਉਦੋਂ ਸਾਹਮਣੇ ਆਉਂਦੇ ਆ। ਇੱਕ ਪਾਸੇ ਤਾਂ ਜਦੋਂ ਅਸੀਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਹਾਂ, ਲੱਕ ਤੋੜਨ ਦਾ ਦਾਅਵਾ ਕਰਦੇ ਹਾਂ, ਪਰ ਜਿਹੜੀ ਦੂਜੀ ਤਸਵੀਰ ਹੈ ਜਦੋਂ ਕੁੜੀਆਂ ਡਰੱਗਸ ਲੈਂਦੀਆਂ, ਵੀਡੀਓ ਸਾਡੇ ਕੋਲ ਆਉਂਦੀਆਂ, ਝੰਜੋੜ ਕੇ ਰੱਖ ਦਿੰਦੀਆਂ। ਦੇਖੋ ਮੈਂ ਤਾਂ ਇਹ ਕਹਾਂਗੀ ਕਿ ਸਰਕਾਰ ਤਾਂ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ, ਓਟ ਸੈਂਟਰ ਵੀ ਬਹੁਤ ਖੁੱਲ੍ਹੇ ਨੇ, ਰੀਹੈਬਿਲੀਟੇਸ਼ਨ ਸੈਂਟਰਸ ਵੀ ਬਹੁਤ ਖੁੱਲ੍ਹੇ ਹੈ, ਬਹੁਤ ਸਾਰੇ ਲੋਕ ਜਿਹੜੇ ਇਹ ਤੋਂ ਬਾਹਰ ਵੀ ਨਿਕਲੇ ਹੈ,
ਕਿਉਂਕਿ ਮੈਨੂੰ ਵੀ ਮਿਲੇ ਆ ਕਾਫੀ ਸਾਰੇ ਲੋਕ ਜਿਹਨਾਂ ਨੇ ਆਪਣੇ ਜਿਮ ਵੀ ਖੋਲ੍ਹੇ ਆ ਔਰ ਉਹਨਾਂ ਨੂੰ ਐਜ਼ ਅ ਅਸੀਂ ਰੋਲ ਮਾਡਲ ਉਹਨਾਂ ਮੀਟਿੰਗ 'ਚ ਵੀ ਬੁਲਾਉਂਦੇ ਹਾਂ ਕਿ ਜੇ ਇਹ ਛੱਡ ਸਕਦੇ ਨੇ ਉਹ ਆਪਣੀ ਸਟੋਰੀ ਵੀ ਦੱਸਦੇ ਆ ਕਿ ਉਹ ਕਿੰਨੇ ਬੁਰੀ ਤਰ੍ਹਾਂ ਇਸ ਨਸ਼ੇ ਦੇ ਚਪੇਟ 'ਚ ਆ ਚੁੱਕੇ ਸੀ ਲੇਕਿਨ ਅੱਜ ਉਹ ਇਸ ਤੋਂ ਬਾਹਰ ਨੇ। ਇਹਦੇ ਵਾਸਤੇ ਸਾਨੂੰ ਅਵੇਅਰਨੈਸ ਵੀ ਅਸੀਂ ਬਹੁਤ ਕੈਂਪਸ ਵੀ ਲਗਾਉਂਦੇ ਹਾਂ, ਡਾਕਟਰਸ ਨੂੰ ਵੀ ਬੁਲਾ ਕੇ ਉੱਥੇ ਲੈਕਚਰਸ ਕਰਵਾਉਂਦੇ ਹਾਂ। ਸੋ ਮੈਨੂੰ ਲੱਗਦਾ ਕਿ ਇੱਥੇ ਸਮਾਜ ਨੂੰ ਵੀ ਇੱਕ ਮੈਂ ਸਮਝਦੀ ਹਾਂ ਕਿ ਇੱਕ ਸੋਫਟ ਕੌਨ ਨਜ਼ਰੀਆ ਲੈ ਕੇ ਚੱਲਣਾ ਚਾਹੀਦਾ ਕਿ ਅਸੀਂ ਉਹਦੇ ਨਾਲ ਹਮਦਰਦੀ ਨਾਲ ਕਰੀਏ। ਕੋਈ ਸਖਤੀ ਤਾਂ ਅਸੀਂ ਨਹੀਂ ਕਰਨੀ ਚਾਹੀਦੀ ਉਹਦੇ ਉੱਤੇ ਕਿ ਉਹ ਜ਼ਬਰਦਸਤੀ ਛੱਡੇ, ਕਿਉਂਕਿ ਜੇ ਅਸੀਂ ਸਖਤਾਈ ਕਰਾਂਗੇ ਤਾਂ ਹੋ ਸਕਦਾ ਕਿ ਹੋਰ ਵੀ ਉਹਦੇ ਬਾਰੇ 'ਚ ਹੋਰ ਵੀ ਪੱਕਾ ਹੋ ਜਾਵੇ। ਲੇਕਿਨ ਫਿਰ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਜਿੱਥੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ 'ਤੇ ਜ਼ਿਆਦਾ ਅਗਰ ਫੋਕਸ ਕਰੇ ਤਾਂ ਅਗਰ ਨਸ਼ੇ ਉਹ ਵਿਕਣਗੇ ਹੀ ਨਹੀਂ ਤਾਂ ਫਿਰ ਉਹ ਯੂਜ਼ ਕਿੱਥੇ ਕਰਨਗੇ। ਸੋ ਇਸ ਪਾਸੇ ਸਰਕਾਰ ਚੱਲ ਰਹੀ ਹੈ, ਤੁਸੀਂ ਦੇਖਿਆ ਹੋਏਗਾ ਕਾਫੀ ਜਿਹੜਾ ਨਸ਼ਾ ਆ ਪਕੜਿਆ ਵੀ ਜਾਂਦਾ, ਲੇਕਿਨ ਫਿਰ ਵੀ ਸਾਨੂੰ ਸੈਨੀਟਾਈਜ਼ ਕਰਨ ਦੀ ਲੋੜ ਹੈ ਕਿ ਹਜੇ ਹੋਰ ਵੀ ਇਸ ਏਰੀਏ 'ਚ ਕੰਮ ਕਰਨ ਦੀ ਲੋੜ ਹੈ ਕਿ ਤਾਂ ਕਿ ਲੜਕੀਆਂ ਨੇ, ਇਹ ਵੀ ਬੜਾ ਇੱਕ ਭਿਆਨਕ ਸੱਚ ਹੈ ਜਿਹੜਾ ਆ ਰਿਹਾ ਸਾਹਮਣੇ ਕਿ ਲੜਕੀਆਂ ਵੀ ਇਸ ਦੀ ਸ਼ਿਕਾਰ ਹੋ ਰਹੀਆਂ ਨੇ। ਸੋ ਇਸ ਬਾਰੇ 'ਚ ਵੀ ਸਾਨੂੰ ਸੋਚਣ ਦੀ ਲੋੜ ਹੈ ਔਰ ਮੈਂ ਸਮਝਦੀ ਕਿ ਅਸੀਂ ਹੋਰ ਵੀ ਜ਼ਿਆਦਾ ਤਾਦਾਦ ਦੇ ਵਿੱਚ ਅਵੇਅਰਨੈਸ ਕੈਂਪਸ ਹੋਰ ਲਗਾਈਏ ਔਰ ਲੋਕਾਂ ਨੂੰ ਹੋਰ ਜਾਣੂ ਕਰਾਈਏ ਕਿ ਇਹ ਚੀਜ਼ ਅੱਛੀ ਨਹੀਂ ਹੈ। ਸੋ ਅਸੀਂ ਲਗਾਤਾਰ ਕੋਸ਼ਿਸ਼ ਜਾਰੀਏ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਇਹਦਾ ਅਸਰ ਦਿਖ ਵੀ ਰਿਹਾ ਹੈ, ਅੱਗੇ ਜਾ ਕੇ ਹੋਰ ਅਸਰ ਪੈ ਜਾਏ। ਅਖੀਰ 'ਚ ਇਸ ਮੁਲਾਕਾਤ ਦੀ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ, ਮੁਖਤਲਿਫ ਸਿਆਸੀ ਧਿਰਾਂ ਉਨਤਾਂ ਦੇ ਉਸ ਜਮਾਤ ਦੇ ਲੋਕ ਔਰ ਜਿਹੜੇ ਇੰਕਲੂਡ ਸਿਆਸੀ ਪੰਡਿਤ ਉਹਨਾਂ ਦਾ ਮੰਨਣਾ ਹੈ ਕਿ ਜੋ ਸਰਕਾਰ ਵਾਅਦੇ ਆਵਾਮ ਨਾਲ ਕਰਕੇ ਆਈ ਸੀਗੀ, ਭਾਵੇਂ ਸਰਕਾਰ ਨੇ ਕਿਹਾ ਕਿ ਅੱਧੇ ਤੋਂ ਜ਼ਿਆਦਾ ਪੂਰੇ ਹੋ ਗਏ ਆ ਪਰ ਉਹ ਪੂਰਨ ਤੌਰ 'ਤੇ ਪੂਰੇ ਨਹੀਂ ਹੋਏ ਆ, ਉਹ ਮੁਕੰਮਲ ਨਹੀਂ ਹੋਏ। ਕੀ ਤੁਹਾਡੇ ਕੋਲ ਕੋਈ ਜਾਂ ਤੁਹਾਡੀ ਸਰਕਾਰ ਕੋਲ ਰਹਿੰਦੇ ਡੇਢ ਦੋ ਸਾਲ ਦੇ ਵਿੱਚ ਕੋਈ ਇੱਦਾਂ ਦਾ ਵਿਜ਼ਨ ਹੈ ਕਿ ਅਸੀਂ ਉਹ ਸਾਰੇ ਪੂਰੇ ਕਰ ਲਵਾਂਗੇ, ਉਸ ਤੋਂ ਇਲਾਵਾ ਅਸੀਂ ਕੁਝ ਹੋਰ ਕੰਮ ਵੀ ਕਰਾਂਗੇ ਜਿਹੜੇ ਅਸੀਂ ਕਹੇ ਸੀ ਤਾਂ ਜੋ ਕਿ ਲੋਕ ਮੁੜ ਤੋਂ ਤੁਹਾਡੇ 'ਤੇ ਬਾਈ 'ਚ ਭਰੋਸਾ ਜਿਤਾ ਸਕਣ? ਮੈਂ ਇੱਕ ਗੱਲ ਜਿਵੇਂ ਪਹਿਲੇ ਮੈਂ ਕਹੀ ਸੀ ਉਹੀ ਗੱਲ ਮੈਂ ਦੁਹਰਾ ਰਹੀ ਹਾਂ ਕਿ ਵਾਅਦੇ ਕਾਫੀ ਪੂਰੇ ਹੋ ਚੁੱਕੇ ਨੇ ਔਰ ਜਿਹੜੇ ਰਹਿੰਦੇ ਟਾਈਮ ਹੈ ਮੈਨੂੰ ਪੂਰੀ ਉਮੀਦ ਹੈ, ਅਗਰ ਵਾਅਦੇ ਕੀਤਿਆਂ ਤੋਂ ਜ਼ਿਆਦਾ ਤਾਂ ਨਹੀਂ ਪਰ ਜਿਹੜੇ ਵਾਅਦੇ ਕੀਤੇ ਹੋਏ ਰਹਿੰਦੇ ਵਾਅਦੇ ਨੇ ਜਿਹੜੇ ਉਹ ਜ਼ਰੂਰ ਅਸੀਂ ਪੂਰੇ ਕਰਾਂਗੇ, ਤਾਂ ਹੀ ਲੋਕਾਂ ਦੇ ਕੋਲ ਅਸੀਂ 22 ਦੇ ਵਿੱਚ ਇਲੈਕਸ਼ਨ ਵਿੱਚ ਜਾ ਸਕਾਂਗੇ। ਔਰ ਮੈਨੂੰ ਉਮੀਦ ਹੈ ਪੂਰੀ ਇਸ ਬਾਰੇ 'ਚ ਕਿ ਅਸੀਂ ਕੈਪਟਨ ਸਰਕਾਰ ਦੀ ਅਗਵਾਈ ਕੈਪਟਨ ਸਾਹਿਬ ਦੀ ਅਗਵਾਈ ਹੇਠ ਫਿਰ ਅਗਲਾ ਇਲੈਕਸ਼ਨ ਜਿਹੜਾ ਉਹ ਲੜਾਂਗੇ ਔਰ ਜਿੱਤਾਂਗੇ। ਹੋਰ ਔਰਤਾਂ ਵੀ ਜਿਸ ਤਰੀਕੇ ਨਾਲ ਤੁਸੀਂ ਕਾਮਯਾਬੀ ਦੀ ਬੁਲੰਦੀਆਂ ਦੇ ਉੱਤੇ ਇਸ ਵੇਲੇ ਬਿਰਾਜਮਾਨ ਹੋ, ਕਿਵੇਂ ਦਾ ਸਫ਼ਰ ਰਿਹਾ ਜੀ ਇੱਕ ਮਿੰਟ ਦੇ ਵਿੱਚ ਦੱਸਣਾ ਹੋਵੇ, ਕਿੱਥੋਂ ਕਿੱਥੋਂ ਚੱਲ ਕੇ ਕਿਹੋ ਜਿਹੀਆਂ ਰਾਹ ਰਸਤੇ ਰਹੇ ਅਤੇ ਉਹ ਵੀ ਤੁਹਾਨੂੰ ਜਿਹੜਾ ਹੈ ਉਹ ਤੁਹਾਡੇ ਵਰਗੇ ਨਜ਼ਰੀਏ ਸੋਚ ਨਾਲ ਇੱਥੋਂ ਤੱਕ ਪਹੁੰਚ ਸਕਣ ਕੁਛ ਕਹਿਣਾ ਚਾਹੁੰਦੇ? ਮੈਂ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਪੋਲੀਟਿਕਸ ਦੀ ਬਹੁਤ ਅੱਛੀ ਪਲੈਟਫਾਰਮ ਹੈ, ਔਰਤਾਂ ਨੂੰ ਜ਼ਰੂਰ ਇਹਦੇ ਵਿੱਚ ਆਉਣਾ ਚਾਹੀਦਾ ਔਰ ਕਿਉਂਕਿ ਮੈਂ ਕਈ ਵਾਰੀ ਐਨੂਅਲ ਫੰਕਸ਼ਨ 'ਚ ਜਾਂਦੀ ਹਾਂ ਅਤੇ ਲੜਕੀਆਂ ਬਹੁਤ ਅਲੱਗ ਅਲੱਗ ਫੀਲਡ ਦਾ ਨਾਂ ਲੈਂਦੀਆਂ ਨੇ, ਲੇਕਿਨ ਮੈਂ ਹਮੇਸ਼ਾ ਆਪਣੀ ਸਪੀਚ 'ਚ ਇਹ ਕਿਹਾ ਕਿ ਪੋਲੀਟਿਕਸ ਕਿਉਂ ਨਹੀਂ, ਇਹ ਵੀ ਬਹੁਤ ਅੱਛਾ ਇਲਾਜ ਹੈਗਾ ਕਿ ਇਹ ਪਲੈਟਫਾਰਮ ਇੱਕ ਮਿਲਦਾ ਕਿ ਅਗਰ ਤੁਸੀਂ ਸੋਸ਼ਲ ਇਸ਼ੂਜ਼ ਨੂੰ ਲੈ ਕੇ ਕੁਛ ਕੰਮ ਕਰਨਾ ਚਾਹੁੰਦੇ ਹੋ, ਸਹੀ ਮੈਨੇਜ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਬਹੁਤ ਅੱਛਾ ਪਲੈਟਫਾਰਮ ਹੈ, ਤੁਸੀਂ ਇਹਦੇ ਵਿੱਚ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਹੌਸਲਾ ਰੱਖੋ, ਕੌਨਫੀਡੈਂਸ ਰੱਖੋ ਔਰ
ਤੁਸੀਂ ਜ਼ਰੂਰ ਅੱਗੇ ਬੁਲੰਦੀਆਂ ਨੂੰ ਛੂਓਗੇ, ਕਿਉਂਕਿ ਮੈਂ ਜ਼ਰੂਰੀ ਨਹੀਂ ਕਿ ਮੈਨੂੰ ਸਭ ਕੁਝ ਪਤਾ ਸੀ, ਹੌਲੀ ਹੌਲੀ ਸਿੱਖ ਕੇ ਮੈਂ ਇੱਥੋਂ ਤੱਕ ਪਹੁੰਚੀ ਹਾਂ। ਔਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਤਰ੍ਹਾਂ ਹੋਰ ਵੀ ਮੇਰੀਆਂ ਭੈਣਾਂ, ਹੋਰ ਵੀ ਮਹਿਲਾਵਾਂ ਇਸ ਫੀਲਡ 'ਚ ਆਉਣ ਔਰ ਸਿੰਸੀਅਰਲੀ ਕੰਮ ਕਰਨ, ਔਰ ਤਾਂ ਕਿ ਸਮਾਜ ਇੱਕ ਦਾ ਇੱਕ ਚੰਗਾ ਜਿਹੜਾ ਰੁੱਖ ਹੈ ਉਹ ਨਜ਼ਰ ਆਵੇ। ਔਰ ਮੈਨੂੰ ਲੱਗਦਾ ਕਿ ਇਹ ਦਿਨ ਜ਼ਰੂਰ ਆਉਣ ਵਾਲਾ ਹੈ ਔਰ ਬਹੁਤ ਸਾਰੀਆਂ ਮਹਿਲਾਵਾਂ ਜ਼ਰੂਰ ਇਸ ਫੀਲਡ 'ਚ ਅੱਗੇ ਆਉਣਗੀਆਂ। ਇਸ ਕਰਕੇ ਤੁਸੀਂ ਦੱਸਿਆ ਕਿ ਰਹਿੰਦੇ ਡੇਢ ਸਾਲ ਦੇ ਵਿੱਚ ਅਸੀਂ ਸਾਰੇ ਵਾਅਦੇ ਪੂਰੇ ਕਰ ਲਵਾਂਗੇ, 2 ਸਾਲ ਦੇ ਵਿੱਚ ਹੋਰ ਵੀ ਕੰਮ ਕਰ ਲਵਾਂਗੇ। ਮੈਂ ਵੀ ਆਸ਼ਾਵਾਦੀ ਹਾਂ, ਸਮਾਜ ਵੀ ਆਸ਼ਾਵਾਦੀ ਹੈ, ਜੇਕਰ ਤੁਸੀਂ ਕੀਤੇ ਹੋਏ ਵਾਅਦੇ ਪੂਰੇ ਕਰ ਲੈਂਦੇ ਹੋ ਔਰ ਜੋ ਪੰਜਾਬ ਦੇ ਤਮਾਮ ਮਸਲੇ ਨੇ, ਜੋ ਚੁਣੌਤੀਆਂ ਨੇ, ਜੇਕਰ ਉਹਨਾਂ ਨੂੰ ਦੂਰ ਕਰ ਲੈਂਦੇ ਆ ਸਮੇਤ, ਸਮਾਜ ਨਵਜੋਤ ਸਿੰਘ ਧਾਲੀਵਾਲ ਸਰਕਾਰ ਦਾ ਮਸ਼ਕੂਰ ਰਹੇਗਾ, ਹਮੇਸ਼ਾ ਰਿਣੀ ਰਹੇਗਾ, ਕਿਉਂਕਿ ਇੱਕ ਚੰਗੇ ਸਮਾਜ ਦੀ ਮੁੜ ਤੋਂ ਪੰਜਾਬ ਸਿਰਜਣ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਸੀ 2016 ਦੀ ਤਕਰੀਰਾਂ ਦੇ ਵਿੱਚ, ਸਮਾਂ ਦਿੱਤਾ, ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।